ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਮੂਸੇ, ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਪਹੁੰਚੇ ਹਾਂ, ਠੀਕ ਆ, ਵੀਰ ਹੀਰੇ ਦੇ ਕੋਲ। ਅਤੇ ਪਸ਼ੂ ਦੋਸਤੋ, ਇਸ ਘਰੋਂ ਪਹਿਲਾਂ ਵੀ ਆਪਾਂ ਤੁਹਾਨੂੰ ਕਾਫੀ ਵੀਡੀਓ ਦਿਖਾਈਆਂ ਨੇ, ਅਤੇ ਅੱਜ ਇਸ ਵੀਡੀਓ ਦੇ ਵਿੱਚ ਦੋ ਮੱਝਾਂ ਝੋਟੀਆਂ ਦਿਖਾ ਦਾਂਗੇ। ਮੱਝਾਂ ਹੀ ਹੋਣਗੀਆਂ ਦੋ, ਅਤੇ ਦੋ ਵਿਹੜਾਂ ਹੋਣਗੀਆਂ, ਠੀਕ ਆ ਜੀ। ਦੋ ਪਸ਼ੂ ਜਿਹੜੇ ਬਿਲਕੁਲ ਤਾਜ਼ੇ ਸੋਏ ਸੋਏ ਆ। ਇੱਕ ਨੀਲੀ ਰਾਵੀ ਦੀ ਮੱਝ ਦਿਖਾ ਦਾਂਗੇ ਬਿਨ ਬੱਚੇ ਤੋਂ ਆ। ਪੂਰੀ ਡਿਟੇਲ ਆਪਾਂ ਵੀਰ ਦੇ ਨਾਲ ਗੱਲਬਾਤ ਕਰ ਲਾਂਗੇ। 24 ਅਗਸਤ ਨੂੰ ਦੋਸਤੋ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ। ਸਮਾਂ ਤੁਸੀਂ ਨੋਟ ਕਰ ਲਓ, ਕੋਈ 12:30 ਵਜੇ ਦੁਪਹਿਰ ਦਾ ਸਮਾਂ ਹੈਗਾ, ਠੀਕ ਹੈ। ਜਿਹੜਾ ਐਨੀਮਲ, ਜਿਹੜਾ ਪਸ਼ੂ ਪਸੰਦ ਆਊਗਾ ਦੋਸਤੋ, ਹਰ ਵਾਰ ਇੱਕ ਜਿਹੜੀ ਬੇਨਤੀ ਇਹ ਹੁੰਦੀ ਹੈ ਵੀ ਆਪਣੀ ਤਸੱਲੀ ਆ, ਘਰ ਵਿਜਿਟ ਕਰਕੇ ਇੱਕ ਟਾਈਮ ਦੋ ਟਾਈਮ ਜਿਹੜੀ ਹੈ ਚਵਾਈ ਜ਼ਰੂਰ ਕਰ ਲਿਆ ਕਰੋ। ਗੱਭਣ ਪਸ਼ੂ ਤਿੱਪ ਕੇ ਤਸੱਲੀ ਕਰ ਲਿਆ ਕਰੋ। ਆ ਜਾਓ, ਕਰਦੇ ਹਾਂ ਗੱਲਬਾਤ ਵੀਰ ਹੋਰਾਂ ਦੇ ਨਾਲ, ਪੁੱਛਦੇ ਹਾਂ ਕੀ ਡਿਟੇਲ ਇਨਫੋਰਮੇਸ਼ਨ ਅੱਜ ਇਹਨਾਂ ਪਸ਼ੂਆਂ ਦੀ। ਸਭ ਤੋਂ ਪਹਿਲਾਂ ਵੀਰ ਵੀਰੇ, ਕੀ ਹਾਲ ਨੇ? ਵਧੀਆ ਵਧੀਆ ਭਾਅ ਜੀ, ਠੀਕ ਠਾਕ ਠੀਕ ਠਾਕ ਜੀ। ਕਿਵੇਂ ਪਸ਼ੂ ਪੁਸ਼ੂ ਵੇਖਦੇ ਰਹੇ ਫਿਰ? ਹਾਂ ਵੇਖਦੇ ਰਹੇ। ਮਗਰ ਵੀਡੀਓ ਪਾਈਆਂ ਵੇਖੇ? ਹਾਂ ਵੇਖੇ ਸੀ, ਅਗਲੇ ਦਿਨ ਹੀ ਵੇਖੇ ਸੀ। ਚਲੋ ਵਧੀਆ ਹੋ ਗਿਆ। ਹਾਂਜੀ ਹਾਂਜੀ। ਅੱਜ ਪਸ਼ੂ ਕਿੰਨੇ? 4 ਪਕਾਉਣੇ? ਹਾਂ 4 ਪਕਾਊਗਾ। ਠੀਕ ਆ, ਅੱਜ ਸੂਈ ਹੈ ਰਾਤ ਦੀ। ਠੀਕ ਆ ਜੀ, ਰਾਤ ਦੀ ਸੂਈ ਹੈ। ਸੂਹਾ ਕਿਨਮਾ ਭਾਈ ਰੇ? ਤੀਜਾ ਸੂਹਾ ਜੀ। ਤੀਜਾ ਸੂਹਾ ਜੀ, ਠੀਕ ਆ। ਤੀਜਾ ਸੂਹਾ ਅਤੇ ਰਾਤ ਦੀ ਸੂਈ, ਬੱਚਾ ਮਗਰ ਕੱਟੀ ਹੈ ਨਾ ਜੀ? ਹਾਂਜੀ, ਮਗਰ ਫੀਮੇਲ ਆ। ਅਤੇ ਬੋਲਾ ਰਾ, ਹੁਣ ਮਾਰਨਿੰਗ ਅੱਜ ਸਵੇਰ ਕੀਤੀ ਚਵਾਈ? ਰਾਤ ਦੀ 3 ਕਿਲੋ ਚਵਾਈ ਕੀਤੀ, 3 ਕਿਲੋ ਸਵੇਰੇ ਕੀਤੀ ਹਲੇ। ਅੱਛਾ, ਵਧੀਆ ਚੱਗੀ ਚਵਾਈ? ਚਵਾਈ 1 ਨੰਬਰ ਆ। ਠੀਕ ਆ, ਦੁੱਧ ਦੇ ਦੂ 10,000 ਲੀਟਰ? ਨਹੀਂ, ਉਹ 14 ਕਿਲੋ ਇਹਦੇ ਘਰ ਵਾਲੇ ਦੇ ਜਾਂਦੀ ਦੁੱਧ। 14 ਕਿਲੋ ਦੁੱਧ ਬੜਾ ਹੁੰਦਾ ਵੀਰ? ਹਾਂਜੀ ਜੀ, ਭਾਂਡੇ ਤੋਂ ਜਾਪਦਾ, ਮੱਝ ਵੱਡੀ ਆ। ਬਿਲਕੁਲ ਜੀ ਬਿਲਕੁਲ। ਸੋ ਦੁੱਧ ਜਿਹੜਾ ਦੋਸਤੋ ਵੀਰਾਂ ਦਾ 14 ਕਿਲੋ, ਬਾਕੀ ਦੁੱਧ ਸੇਵਾ ਦਾ, ਠੀਕ ਆ ਜੀ, ਬਾਹਰ ਕੱਢ ਕੇ ਤੋੜ ਕੇ ਦਿਖਾਉਂਦੇ ਹਾਂ ਤੁਹਾਨੂੰ। ਠੀਕ ਆ, ਤੀਜਾ ਸੂਬਾ ਸੂਈ ਹੈ ਜੀ। ਠੀਕ ਆ, ਬਿਲਕੁਲ ਰਾਤ ਹੀ ਸੂਈ ਆ ਬੱਚੇ ਦੇ ਨਾਲ। ਨਾੜੂ ਤੁਸੀਂ ਆਪ ਵੇਖ ਸਕਦੇ ਹੋ, ਠੀਕ ਆ, ਕਿੰਨਾ ਨਾੜੂ ਬੱਚਾ ਹੈ। ਗੱਲ ਦੋ ਚਵਾਈਆਂ ਹੋ ਗਈਆਂ ਮੇਰੇ ਜੀ। ਠੀਕ ਆ ਜੀ, ਰਾਤ ਵੀ ਜਿਹੜੀ ਚਵਾਈ ਹੋਈ ਹੈ ਅਤੇ ਅੱਜ ਸੁਬਾਹ ਵੀ ਚਵਾਈ ਜਿਹੜੀ ਕੀਤੀ ਹੈ, ਠੀਕ ਆ ਜੀ। ਕੁਝ ਕੁ ਬੋਹਲਾ ਜਿਹੜਾ ਰਾਤ ਅਤੇ ਸੁਬਾਹ ਚਵਾਈ ਕਰਕੇ ਕੱਢਿਆ, ਠੀਕ ਆ। ਅਤੇ ਬਾਕੀ ਥਣ ਭਾਂਡਾ ਜਿਹੜਾ ਦੋਸਤੋ ਸਾਫ਼ ਆ ਪੂਰਾ, ਅਤੇ ਮੁੱਠੀ ਦਾ ਥਣ ਆ, ਸਪੇਸ ਵਿੱਚ ਤੁਸੀਂ ਦੇਖੋਗੇ ਕਾਫ਼ੀ ਸੋਹਣੀ ਆ ਥਣਾਂ ਦੇ ਵਿੱਚ। ਆ ਲਓ ਜੀ, ਠੀਕ ਆ। ਅਤੇ ਮੱਝ ਪੂਰੀ ਦੋਸਤੋ ਵੱਡੇ ਕੱਦ ਦੀ ਹੈ, ਠੀਕ ਆ, ਵੱਡੇ ਕੱਦ ਦੀ ਮੱਝ ਆ ਅਤੇ ਰਾਜੀ ਪੂਰੀ ਆ, ਠੀਕ ਆ। ਬਾਕੀ ਸੂਹ ਦੇ ਵਿੱਚ ਆ ਪਸ਼ੂ, ਰਾਤ ਜਿੱਦਾਂ ਕਿ ਦੱਸਿਆ ਵੀ ਰਾਤ ਹੀ ਸੂਈ ਆ, ਅਤੇ ਨੋਰਮਲੀ ਦੋਸਤੋ ਕੋਈ 2-4 ਦਿਨ 'ਚ ਪਸ਼ੂ ਜਿਹੜਾ ਮੇਨਟੇਨ ਕਰ ਲੈਂਦਾ ਸਿਹਤ। ਸੋ ਬਾਕੀ ਥਣ ਦੇ ਵਿੱਚ ਪੂਰੀ ਸਾਫ਼ ਆ ਜੀ। ਹੀਰੇ ਭਾਈ, ਕਿੰਨਾ ਮੁੱਲ, ਕਿੰਨੀ ਡਿਮਾਂਡ, ਕਿੰਨੀ ਕੀਤੀ ਇਹਦੀ? 80,000 ਮੁੱਲ ਕਰਦੇ ਭਾਅ ਜੀ। ਹਾਂ, 80,000 ਕਰਦੇ, ਦੇ ਲੈ ਕਿੱਥੋਂ ਤੱਕ ਹੋ ਜੂਗਾ ਜੀ? 75 ਦੀ ਦੇ ਦਾਂਗੇ, ਐਵੇਂ ਵਾਰ ਵਾਰ 2,000 ਛੱਡ ਦਈਏ, 3 ਛੱਡ ਦਈਏ, 75 ਦੀ ਦੇ? ਹਾਂ, 75,000 ਦੀ ਦੇ ਦਾਂਗੇ। ਠੀਕ ਆ ਜੀ, 80,000 ਦੋਸਤੋ ਡਿਮਾਂਡ ਵੀਰ ਨੇ ਕੀਤੀ ਹੈ, ਅਤੇ 75,000 ਦੀ ਲੈ ਤੇ ਆ, ਠੀਕ ਆ ਜੀ। ਸੂਈ ਸਵਾਈ ਮੱਝ ਆ, ਠੀਕ ਆ, ਤਸੱਲੀ ਬਖਸ਼ ਪੂਰੀ ਚੀਜ਼ ਆ, ਠੀਕ ਆ, ਜੇਰ ਜੂਰ ਪ੍ਰੋਪਰ ਪਾਤੀ ਆ, ਅਤੇ ਤਾਜ਼ੀ ਸੂਈ ਆ। ਆਹ ਜਿਹੜਾ ਬਹਿਣੀ ਵਾਲੇ ਪਾਸੇ ਤੋਂ ਤੁਸੀਂ ਥਣ ਥੁਣ ਵੇਖੋ ਇੱਕ ਵਾਰੀ, ਆਹ ਕਰੋ ਜਾ ਕੇ, ਠੀਕ ਆ। ਮਾਰ ਗਿਆ ਤਾਰਾਂ? ਮਾਰੋ ਮਾਰੋ, ਛੱਡੋ ਬੱਚਾ ਜੀ, ਲਾ ਦਿਓ ਲਾ ਦਿਓ ਲਓ ਜੀ, ਆਹ ਦਿਖਾਓ। ਠੀਕ ਆ ਜੀ, 20 ਕੁ ਦਿਨਾਂ ਦੀ ਸੂਈ ਆ, ਅਤੇ ਦੁੱਧ ਵੀ ਵਧੀਆ ਹੈਗਾ ਥੱਲੇ, ਅਤੇ ਥਣ ਦੇ ਬਾਅਦ ਬਿਲਕੁਲ ਵੈਸੇ ਪੱਧਰ, ਥਣ ਪੂਰਾ ਮੁੱਠੀ,
ਆ ਦੇਖੋ ਹਾਂਜੀ ਠੀਕ ਹੈ ਬਾਕੀ 20 ਕੁ ਦਿਨ ਦੱਸਦਾ ਵੀਰ ਬਾਕੀ ਸੂਹਾ ਜਿਹੜਾ ਦੋਸਤੋ ਲੰਮਾ ਦੁੱਧ ਪਿਆ ਜੂਗੀ 9-8-9-9 ਤਾਂ ਚੱਲਣ ਡਈ ਆ ਬਾਕੀ ਜਿਹੜਾ ਵੀਰ ਚੰਗੀ ਸੇਵਾ ਕਰ ਲੂਗਾ ਜੇ ਬਿਲਕੁਲ ਸੱਜਰ ਪਸ਼ੂ ਆ ਤਾਂ ਦੋਨੋਂ ਜਿਹੜਾ ਦੋਸਤੋ ਪਸ਼ੂ ਜਿੰਨਾ ਤੁਸੀਂ ਮਰਜ਼ੀ ਉੱਤੇ ਲੈ ਕੇ ਜਾ ਸਕਦੇ ਹੋ 8 ਕਿਲੋ 9 ਕਿਲੋ ਦੇ ਉੱਤੇ ਜਿੰਨਾ ਮਰਜ਼ੀ ਤੁਸੀਂ ਚੁਆਈ ਕਰ ਸਕਦੇ ਹੋ ਚੰਗੀ ਸੇਵਾ 'ਤੇ ਅੱਛਾ ਬਾਈ ਹੀਰੇ ਭਰਾ ਕਿੰਨਾ ਇਹਦਾ ਕੀ ਰਹੂਗਾ ਮੁੱਲ ਇਹਦਾ 55,000 ਕਰ ਦੇਣਾ ਤੁਸੀਂ 55,000 ਦੀ ਹਾਂਜੀ ਠੀਕ ਹੈ 52,000 ਦੀ ਦੇ ਦਾਂਗੇ ਦੇਣ ਲੈਣ ਜਿਹੜਾ 52,000 ਹੈ ਜੀ ਹਾਂ ਦੇਣਾ 52,000 ਠੀਕ ਹੈ ਭਰਾ 52,000 ਦੀ ਦੋਸਤੋ ਜਿਹੜੀ ਦੇਲ ਹੈ ਹੋਊਗੀ ਠੀਕ ਆ ਬਾਕੀ ਥਾਂ ਥੂਣ ਬਾਕੀ ਚਵਾਈ ਵਧੀਆ ਹਨ ਬਿਲਕੁਲ ਚਵਾਈ ਇੱਕ ਨੰਬਰ ਆ ਤੇ ਮਿਲਦੀ ਪਹਾੜੇ ਤੇ ਆ ਪਹਾੜੇ ਦੋਵੇਂ ਟਾਈਮ ਹੀ ਹਾਂ ਦੋਵੇਂ ਟਾਈਮ ਪਹਾੜੇ ਤੇ ਮਿਲਦੀ ਵਧੀਆ ਮਤਲਬ ਇੱਥੇ ਤੁਹਾਡੇ ਕੋਲ ਆਈ ਆ ਤੇ ਕੋਈ ਕੀਤਾ ਨਹੀਂ ਗਾਗਾ ਪਿਛਾ ਮੰਗ ਟੀਗਾ ਟੱਲਾ ਕੁਝ ਲਿਆ ਵੀ ਪਸ਼ੂ ਕਈ ਨਾ ਕੋਈ ਚੱਕਰ ਨਹੀਂ ਬੱਚੇ ਬੁੱਚੇ ਮਰਨ ਤੋਂ ਕੋਈ ਚੱਕਰ ਨਹੀਂ ਆਪਣੇ ਘਰੇ ਨਹੀਂ ਬੱਚਾ ਮਰਿਆ ਪਿਛਲੇ ਘਰੇ ਬੱਚਾ ਮਰਿਆ ਅੱਛਾ ਹਾਂ ਆਪਣੇ ਸੱਜਣਾ ਆਪਣੇ ਬੰਦਿਆਂ ਤੋਂ ਆਪਣੇ ਰਿਸ਼ਤੇਦਾਰਾਂ ਤੋਂ ਮੱਝ ਆਈ ਏ ਅੱਛਾ ਪਹਾੜੇ ਚਾੜ ਤੇ ਲੱਗੀ ਹੈ ਹਾਂ ਪਹਾੜੇ ਤੇ ਲੱਗੀ ਹੈ ਲਓ ਵੀ ਭਰਾਵੋ 52,000 ਦੀ ਜਿਹੜੀ ਇਹ ਲੈਣ ਦੇਣ ਹੋਊਗਾ ਇਸ ਮੱਝ ਦਾ ਇਸ ਤੋਂ ਬਾਅਦ ਅੱਗੇ ਤੁਹਾਨੂੰ ਅਗਲੀ ਵਹਿੜ ਦਿਖਾਉਣੇ ਆ ਇਹ ਵੀ ਸੂਈ ਹੈ ਜੀ ਹਾਂ ਸੂਈ ਸੂਈ ਹੈ ਚੌਥੇ ਦਿਨ ਦੀ ਸੂਈ ਹੈ ਚੌਥੇ ਦਿਨ ਦੀ ਸੂਈ ਹੈ ਬਿਲਕੁਲ ਤਾਜ਼ੀ ਅਤੇ ਮਗਰ ਬੱਚਾ ਵੱਛੀ ਹੈ ਮਗਰ ਬੱਚਾ ਵੱਛਾ ਮਗਰ ਵੱਛਾ ਮੇਲ ਕਾਫ ਆ ਅਤੇ 64 ਦਿਨਾਂ ਦੀ ਸੂਈ ਆ ਦੋਸਤੋ ਅਤੇ ਹੁਣ ਪੋਲਾ ਕਿੰਨਾ ਕੁ ਭਾਈ ਰੇਟ 14 ਲੀਟਰ ਠੰਡਾ ਹੈਗਾ ਮਿਣਕੇ ਲੈ ਸਕਦਾ ਪਿੰਡੇ ਵਾਲਾ ਹੋ ਗਿਆ ਠੀਕ ਆ ਜੀ 14 ਲੀਟਰ ਬਿਲਕੁਲ ਜਿਹੜਾ ਦੋਸਤੋ ਪੋਲਾ ਇਹਦੇ ਕੋਲ ਹਾਜ਼ਰ ਆਹ ਦੇਖੋ ਠੀਕ ਆ ਜੀ ਥਾਨ ਥੁਨ ਪੂਰਾ ਵਧੀਆ ਹੈਗਾ ਦੋਸਤੋ ਹੱਥੀ ਚਵਾਈ ਵਾਲਾ ਥਾਣਾ ਅਤੇ ਮਗਰ ਜਿਹੜਾ ਬੱਚਾ ਤੁਸੀਂ ਆਪ ਵੇਖ ਸਕਦੇ ਹੋ ਠੀਕ ਆ ਮੇਲ ਕਾਪ ਸੋ ਵਹਿੜ ਜਿਹੜੀ ਆ ਤੀਜਾ ਸੂਗਾ ਇਹ ਸੂਈ ਅਤੇ ਚਵਾਈ ਚੁਭੀ ਰਹੇ ਵਧੀਆ ਵਧੀਆ ਬਾਈ ਫਿਲਹਾਲ ਹੁਣ ਬੋਲੇ 'ਤੇ ਜਿਹੜੀ ਦੋਸਤੋ ਚੱਲਦੀ ਪਈ ਹੈ ਚੌਥਾ ਕੁ ਦਿਨ ਦੱਸ ਰਿਹਾ ਵੀਰ ਬਾਕੀ ਹਾਈਟ ਕੱਦ ਮੀਡੀਅਮ ਤੁਸੀਂ ਅਕਾਊਂਟ ਕਰ ਲਿਓ ਠੀਕ ਆ ਜੀ ਐਚ ਐਫ ਕਰੋਸ ਵਿੱਚ ਆ ਜਾਂਦੀ ਹੈ ਠੀਕ ਆ ਕਰੋਸ ਬਰੀਡ ਵਿੱਚ ਆ ਜਾਂਦੀ ਹੈ ਸੋ ਦੁੱਧ ਵੀ ਜਿਹੜਾ ਦੋਸਤੋ ਥੋੜ੍ਹਾ ਜਿਹਾ ਚਲੋ ਵਧੀਆ ਚੰਗਾ ਹੁੰਦਾ ਬਾਕੀ ਸੰਘਣਾ ਦੁੱਧ ਹੋਊਗਾ ਅਤੇ ਦੁੱਧ 15-14 ਲੀਟਰ ਵੈਸੇ ਚਲੋ ਨੋਰਮਲ ਉਮੀਦ ਕਰ ਸਕਦੇ ਹਾਂ ਵੀ ਇਸ ਬੈਡ ਤੋਂ ਆ ਲਓ ਠੀਕ ਆ ਹੀਰੇ ਭਾਈ ਇਹਦਾ ਫਿਰ ਲੈਣ ਦੇਣ ਕੀ ਕੀਤਾ ਮੋਲ 38,000 ਕਰਦੇ ਆ ਅੱਛਾ ਜੀ 35,000 ਦੀ ਦੇ ਦਾਂਗੇ 35,000 ਹਾਂ ਵਿੱਚ ਹੋਰ ਮਾਨਦਾਨ ਕਰ ਦਾਂਗੇ ਠੀਕ ਹੈ ਜੀ ਹਾਂਜੀ 35,000 ਦੀ ਦੋਸਤੋ ਜਿਹੜੀ ਇਹ ਲੈਣ ਦੇਣ ਹੋਊਗਾ ਠੀਕ ਆ 38,000 ਡਿਮਾਂਡ ਆ ਤੇ 35,000 ਲੈ ਦੇ 16 ਲੀਟਰ ਦੁੱਧ ਕੱਢਿਆ ਪਹਿਲੇ ਸੂਗੇ ਪਹਿਲਣ ਨੇ ਹਾਂ 16 ਹੁਣ ਦੂਜਾ ਕਿ ਤੀਜਾ ਦੱਸਿਆ ਦੂਜਾ ਸੂਗਾ ਦੂਜਾ ਹਾਂਜੀ ਹਾਂਜੀ ਦੂਜਾ ਦੱਸਿਆ ਹਨਾ ਦੂਜਾ ਦੋਸਤੋ ਇੱਕ ਵਾਰੀ ਕਨਫਰਮ ਕਰਾ ਦਿੰਦੇ ਆ ਦੂਜਾ ਸੂਗਾ ਵੀਰ ਨੇ ਦੱਸਿਆ ਠੀਕ ਆ ਪਹਿਲੇ ਸੂਗੇ ਕਹਿੰਦਾ ਵੀ ਦੁੱਧ ਕੱਢਿਆ 15-14 ਲੀਟਰ ਜਿਹੜਾ ਦੁੱਧ ਕੱਢਿਆ ਹੁਣ ਦੂਜਾ ਸੂਗਾ ਸੂਈ ਆ ਠੀਕ ਆ ਬਾਕੀ ਹਰ ਵਾਰ ਕਹਿੰਦੇ ਆ ਦੁੱਧ ਸੇਵਾ ਦਾ ਬਾਕੀ ਆ ਥਣ ਥੂੰ ਜਿਹੜਾ ਪੂਰਾ ਮੁੱਠੀ ਵਾਲਾ ਆ ਬਾਕੀ ਤੁਸੀਂ ਸਪੇਸ ਵਿੱਚ ਜਿਹੜੀ ਆ ਵੇਖ ਲਓ ਠੀਕ ਆ ਜੀ ਅਤੇ ਆ ਜਾਓ ਇੱਕ ਹੋਰ ਜਿਹੜੀ ਅਗਲੀ ਬੈਡ ਤੁਹਾਨੂੰ ਦਿਖਾ ਦਿੰਦੇ ਹਾਂ ਜਰਸੀ ਵਿੱਚ ਮੂੰਹ ਛਿੱਕੀ ਆ ਠੀਕ ਆ ਜੀ ਜਰਸੀ ਵੀਰ ਅਗਲੀ ਬੈਡ ਕਹਿੰਦਾ ਥੋੜ੍ਹਾ ਜਿਹਾ ਰੰਗ ਜਿਹੜਾ ਦੋਸਤੋ ਰੰਗ ਰੁੰਗ ਹੈਗਾ ਉਹ ਜਿਵੇਂ ਹਰ ਸ਼ਹਿਰ ਦਾ ਆ ਜਾਂਦਾ ਉਸ ਰੰਗ ਦੇ ਵਿੱਚ ਤਕਰੀਬਨ ਪੈ ਜਾਂਦੀ ਹੈ
ਤੇ ਸੁਬਾ ਗੱਪਣ ਤੋਕੜੀ ਹੈ ਜੀ? ਨਹੀਂ ਨਹੀਂ ਟੁੱਕੀ ਆ, ਖੜਦੀ ਹਲੇ ਦਿਨ 4-5 ਖੜਦੀ। ਅੱਛਾ ਗੱਪਣ ਹੈ? ਹਾਂ ਠੀਕ ਆ, ਗੱਪਣ ਹੈ। ਦਿਨ ਹਜੇ ਲੈ ਜੂਗੀ ਕਿੰਨੇ ਕੁ? ਹਫ਼ਤਾ ਲੈ ਜੂ, 5-7 ਦਿਨ ਹਫ਼ਤਾ, ਹਫ਼ਤੇ ਦੇ ਅੰਦਰ ਵਾਰ। ਹਾਂ ਜੀ, ਹਫ਼ਤੇ ਅੰਦਰੋਂ ਸੁੱਕੂਗੀ। ਠੀਕ ਆ, ਹਫ਼ਤੇ ਦੇ ਅੰਦਰ ਵਾਰ ਸੁੱਕੂਗੀ। ਅਤੇ ਵਹਿਣ ਜਿਹੜੀ ਦੋਸਤੋ, ਹਾਈਟ ਸੋਹਣੀ ਆ, ਕੱਦ ਕੁੱਦ ਪੂਰਾ ਵਧੀਆ, ਅਤੇ ਥਣ ਚੱਡਾ ਬਿਲਕੁਲ ਟਾਇਟ, ਕਸਮੇ ਲੇਵੇ ਦੀ। ਆਹ ਦੇਖੋ, ਫਿਕਸ ਜਟਦਾ ਬਿਲਕੁਲ, ਅਤੇ ਥਣ ਥੁਣ ਪੂਰਾ ਮੁੱਠੀ। ਆਹ ਦੇਖੋ, ਠੀਕ ਆ। ਇਹ ਪਹਿਲਾਂ ਨੇ ਦੱਸਿਆ ਪਹਿਲਾਂ ਸੂਆ, ਦੂਜਾ ਦੂਜਾ ਸੂਗੇ। ਠੀਕ ਆ, ਤੋਰ ਲਿਆ ਲੰਮਾ ਤੋਰ ਆ ਜੀ, ਮੂੰਹ ਛੇ ਦੰਦ। ਅੱਛਾ ਜੀ, ਠੀਕ ਆ, ਆਰਡਰ ਕੁਆਲਿਟੀ ਕਾਫੀ ਸੋਹਣੀ ਆ। ਠੀਕ ਆ ਜੀ, ਅਤੇ ਇਹ ਵੀ ਬੈਠ ਜਿਹੜੀ ਦੋਸਤੋ ਪਸੰਦ ਆਊਗੀ ਤੁਹਾਨੂੰ। ਰੰਗ ਮੈਂ ਪਹਿਲਾਂ ਜ਼ਿਕਰ ਕੀਤਾ ਜਿਵੇਂ ਐਰ ਸ਼ਹਿਰ ਦਾ ਹੁੰਦਾ, ਬਾਕੀ ਥੋੜ੍ਹੀ ਜਿਹੀ ਜਿਵੇਂ ਕਰੋਸ ਆ, ਪਸ਼ੂ ਕਰੋਸ ਹੋ ਸਕਦਾ ਵੀ ਐਰ ਸ਼ਹਿਰ ਦੇ ਵਿੱਚ ਜਿਹੜੀ ਕੋਈ ਦੋਸਤੋ ਕਰੋਸ ਹੋਵੇ। ਠੀਕ ਆ, ਅਤੇ ਆਹ ਲਓ ਜੀ, ਆਹ ਲਓ ਜੀ, ਹਵਾਨੇ ਹਵੂਨੇ ਬਿਲਕੁਲ ਠੰਡੀ ਹੈ ਜੀ, ਥੱਲੇ ਹੱਥ ਲਾਈ ਗਏ। ਲਓ ਜੀ, ਠੀਕ ਆ, ਦੋਸਤੋ ਇਹ 4 ਪਸ਼ੂ ਅੱਜ ਵੀਰ ਦੇ ਕੋਲੇ ਵਿਕਾਊ ਸੀ। ਇਹ ਰੇਹ ਕੀ ਮੁੱਲ ਕੀ ਦਰ ਹੋਗਾ? ਪਹਿਲੇ ਸੁਗਿਆ ਨੇ 14 ਕਿਲੋ ਦਾ ਕੱਢਿਆ ਮੈਂ। ਹਾਂਜੀ, ਇਹਦਾ ਮੁੱਲ 40,000 ਕਰਦੇ ਆ। 40,000? ਹਾਂਜੀ, 37,000 ਦੀ ਦੇ ਦਾਂਗੇ। 37,000 ਦੀ ਲੈ ਦੇ? ਹਾਂ, 37,000 ਦੀ ਦੇ ਦਾਂਗੇ। ਠੀਕ ਹੈ ਜੀ, ਠੀਕ ਹੈ। 37,000 ਦੀ ਦੋਸਤੋ ਜਿਹੜੀ ਇਹ ਵਹਿੜ ਦਿੱਤੀ ਜਾਊਗੀ, ਜਿਹੜੀ ਬਿਲਕੁਲ ਗੱਪਣ ਆ, ਤਿਆਰ ਆ, 5-7 ਦਿਨੀ ਇਹ ਸੂ ਪੈਣੀ ਜੀ। ਠੀਕ ਆ ਜੀ, ਇੱਕ ਹਫ਼ਤੇ ਦੇ ਅੰਦਰ ਤਾਂ ਸੂ ਪਊਗੀ, ਬਣ ਜੂਗੀ ਚੰਗੀ ਢਿੱਲਾ ਜਿਹਾ ਉੱਚੀ ਹਲੇ। ਹਾਂ ਜੀ, ਬਣਨੀ ਵੀ ਹੈ ਬੱਚੀ, ਵਾਵਾ ਢਿੱਲਾ ਹੈ ਫਿਰ ਨੇੜੇ ਗੱਗੋ ਪੂਹਾ। ਤੇ ਹੀਰੇ ਭਾਈ ਨੰਬਰ ਬੋਲਦੀ ਆਪਣੇ? 95-0-13-44-1-13। ਠੀਕ ਹੈ ਜੀ, ਇਹੋ ਇੱਕੇ ਨੰਬਰ ਚੱਲਦਾ ਆਪਣੇ? ਹਾਂਜੀ, ਇੱਕ ਹੀ ਨੰਬਰ ਚੱਲਦਾ ਭਾਜੀ। ਠੀਕ ਹੈ ਜੀ, ਸੋ ਦੋਸਤੋ ਨੰਬਰ ਬਿਲਕੁਲ ਲਗਾਤਾਰ ਸਕਰੀਨ ਦੇ ਥੱਲੇ ਚੱਲਦਾ ਪਿਆ, ਨੰਬਰਾਂ 'ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ। ਸੋ ਪਸ਼ੂ ਤੁਹਾਨੂੰ 4 ਦਿਖਾਤੇ ਆ, ਐਨੀਮਲ ਜਿਹੜਾ ਵੀ ਪਸੰਦ ਆਊਗਾ ਆਪਦਾ ਹੱਕ ਸਮਝ ਕੇ ਤਸੱਲੀ ਤੁਸੀਂ ਕਰਨੀ। ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ। ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।